ਨਿਬੜ ਗਿਆ ਕੰਮ ਕੱਲ ਤੁਸੀਂ ਦੇਖਿਆ ਤੂੜੀ ਵਾਲੀ ਮਸ਼ੀਨ ਆਪਾਂ ਨੇ ਸੇਲ ਕਰਤੀ ਸੀ ਸੋ ਨਾ ਦੋ ਮਹੀਨਿਆਂ ਚ ਮੰਨਤਾ ਪਹਿਲਾਂ ਆਪਾਂ ਨੇ ਸੁਪਰ ਸੀਟਰ ਤੇ ਇੱਕ ਸਾਈਡ ਕੱਢਤਾ ਫਿਰ ਆਪਾਂ ਨੇ ਵੀ ਉਹ ਆਪਾਂ ਨੇ ਨਹੀਂ ਲੈਣਾ ਠੀਕ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੰਮ ਕਾਰ ਘੱਟ ਹੈ ਇਸ ਵਾਰ ਸਬਸਿਡੀਆਂ 'ਚ ਲੋਕਾਂ ਨੇ ਚੱਕੇ ਬਹੁਤ ਆ ਸੁਪਰ ਸੀਟਰ ਸੋ ਕਿਰਾਏ ਕਰੂਏ ਤਾਂ ਤੁਹਾਨੂੰ ਪਤਾ ਵੀ ਚੱਲੇ ਨਾ ਚੱਲੇ ਕਿਉਂਕਿ ਆਪਣੇ ਤਾਂ ਚੱਲਣਾ ਨਹੀਂ ਸੋ ਜੇ ਤਾਂ ਆਪਣੇ ਹੋਵੇ ਵੀ ਹਾਂ ਵੀ 25-30 ਕਿੱਲਿਆਂ ਦੇ ਵਿੱਚ ਚਲੋ ਆਪਣਾ ਹੀ ਬੰਦਾ ਕਰ ਲੈਂਦਾ ਕਿ ਨਹੀਂ ਸੋ ਉਹਦੇ ਪਰ ਚੀਜ਼ ਪਰ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਜਿਹੜੀ ਮਸ਼ੀਨਰੀ ਨੇ ਆਪਾਂ ਨੂੰ ਕੁਛ ਚੱਕ ਨਹੀਂ ਕਮਾ ਕੇ ਉਹ ਚੱਲਣਾ ਆਪਾਂ ਤੇ ਆਊਟ ਲੱਗ ਕੇ ਚੱਲਣਾ ਪੂਰਾ ਪਲਾਨ ਬਣ ਗਿਆ ਤਾਂ ਸਾਰਾ ਐਸਟੀਮੇਟ ਲਵਾ ਲਿਆ ਰੇਟ ਬਣ ਗਿਆ ਸਾਰਾ ਕੁਝ ਹੋ ਗਿਆ ਦਾ ਫੌਜੀ ਨੇ ਵੀ ਹਾਂ ਕਰਤੀ ਵੀ ਚੱਲ ਆਪਾਂ ਲੈ ਲੈਣੇ ਆ ਫਿਰ ਜਿਹੜੀ ਚੀਜ਼ ਦਾ ਆਪਾਂ ਨੂੰ ਹੋਰ ਬੈਨੀਫਿਟ ਨਾ ਹੋਵੇ ਆਪਾਂ ਨੂੰ ਫਿਰ ਟਰਾਲੀ ਸੋਣੀ ਹੈ ਟਰਾਲੀ ਤਾਂ ਬਹੁਤ ਵਧੀਆ ਉਹ ਤੂੰ 35-40 ਹਜ਼ਾਰ ਤੇ ਨਹੀਂ ਘੱਟ ਦਿੰਦਾ ਕੋਈ ਉਹ ਮੈਨੂੰ ਕੱਲ ਜੱਸੇ ਉਹਨੇ ਫੋਨ ਕਰਿਆ ਦਾ ਕਹਿੰਦਾ ਆਪਾਂ ਨੇ ਕਹਿੰਦਾ ਅੱਧੀ ਬਲੈਰੋ ਲਿਆਂਦੀ ਅਸੀਂ ਚੱਕਰਾਂ ਦੇ ਵਿੱਚ ਪੈ ਗਏ ਵੀ ਅੱਧੀ ਬਲੈਰੋ ਉਹਨੇ ਕਿਵੇਂ ਲੈ ਕੇ ਆਂਦੀ ਆ ਇਹ ਤਾਂ ਅਸੀਂ ਲਿਆ ਕੇ ਦੇਖਿਆ ਇਹਦਾ ਮਸਾ ਟਰਾਲੀ ਆ ਪਿੱਛੇ ਪਤਾ ਕਿੰਨੇ ਦੀ ਪੈ ਗਈ ਇਹ ਕਿੰਨੇ ਚ ਲਿਆਂਦੀ ਆ ਇਹ 40-35-40 ਹਜ਼ਾਰ ਦੀ ਤਾਂ ਮਤਲਬ ਆਮ ਜੇ ਕੋਈ ਬੰਦਾ ਉੱਕੀ ਬੁੱਕੀ ਚਕਾਉਂਦਾ ਇਹਨੂੰ ਪਟਿਆਲੇ ਚਲੇ ਜਾ ਚਾਹੇ ਇੱਥੇ ਆਮ ਲੋਕਲ ਸਾਧੂਗੜ੍ਹ ਕੁਆੜੀਆਂ ਕੋਲ ਚਲੇ ਜਾ 35-40 ਦੇ ਘੱਟ ਨਹੀਂ ਦਿੰਦਾ ਇਹ ਆਪਾਂ ਨੂੰ ਉਸੇ ਰੇਟ 'ਚ ਪੈ ਗਈ ਓਰੀਜਨਲ ਹੀ ਆ ਇੱਕ ਕੁਇੰਟਲ 60-70 ਕਿਲੋ ਵਜ਼ਨ ਨਿਕਲਿਆ ਸਾਰੀ ਆਪਾਂ ਨੂੰ 7-7.5 ਹਜ਼ਾਰ ਦੀ ਪੈ ਗਈ ਇਹ ਤੁਹਾਡੇ ਹੱਥ ਜਾ ਸਾ ਲੈ ਦੇਖ ਬਈ ਹਿੰਮਤ ਹੈ ਮੈਨੂੰ ਐ ਹਿੰਮਤ ਆ ਆਪਣੇ ਮੈਂ ਹਿੰਮਤ ਹੁਣ ਆਪਾਂ ਨੇ ਤੂੜੀ ਵਾਲੀ ਮਸ਼ੀਨਾਂ ਦੇ ਦੇ ਲਿਆ ਕਿੰਨਾ ਕੋਟਾ ਲੈ ਕੇ ਰੱਖ ਲਿਆ ਸਾਰਾ ਕੁਆਟਾ ਵੀ ਲੈ ਕੇ ਰੱਖਿਆ ਵਾ ਬਾਕੀ ਬਈ ਮਿਹਨਤ ਕਰਨੀ ਚੰਗੀ ਨਹੀਂ ਸਮਝਦੇ ਉੱਥੇ ਜਾਣਾ ਚੰਗੇ ਸਮਝਦੇ ਹੁਣ ਆ ਦੇਖ ਆ ਆਪਣੇ ਬੈਰਿੰਗ ਪਏ ਆ ਫੌਜਿੰਗ ਸਮੇਤ ਆ ਦੇਖ ਲੈ ਤੂੰ ਹਣਾ ਕੁਛ ਵੀ ਹੈ ਇਹ ਸਾਰਾ 1000-1500 ਦਾ ਬੈਰਿੰਗ ਇਹ ਤੁਲਮਾ ਲੈ ਲਈ ਆ ਹੁਣ ਆਪਣਾ ਕਿੰਨੇ ਦਾ ਬਣ ਗਿਆ ਇਹ ਕੋਈ 100 ਰੁਪਏ ਦਾ ਕੋਈ 150 ਰੁਪਏ ਦਾ ਆਪਾਂ ਨੂੰ ਵੱਧ ਦਾ ਕਿਸੇ ਨੇ ਆਪਾਂ ਨੂੰ ਰੇਟ ਨਹੀਂ ਦੇਣਾ ਕੀ ਬਈ ਅੱਜ ਚੱਲਿਆ ਹੁਣ ਤੂੜੀ ਵਾਲੀ ਮਸ਼ੀਨ ਲੈਣ ਤੂੰ ਚੱਲ ਯਾਰ ਨਾਲ ਤੂੜੀ ਵਾਲੀ ਮਸ਼ੀਨ ਲੈਣ ਚੱਲਦੇ ਆ ਕੋਈ ਗੱਲ ਨਹੀਂ ਮੈਂ ਕਹਿੰਦਾ ਚੱਲਦੇ ਆ ਆਪਾਂ ਤੂੰ ਚੱਲ ਆਪਾਂ ਬਲੈਰੋ ਜਾਣਾ ਪਹਿਲਾਂ ਸਾਡੀ ਸਲਾਹ ਬਣ ਗਈ ਸੀ ਵੀ ਹੁੱਕ ਲਾਉਣੀ ਹੈ ਬਲੈਰੋ ਪਿੱਛੇ ਅੱਛਾ ਤੇ ਤੂੜੀ ਵਾਲੀ ਲੋਟ ਨਹੀਂ ਆਉਣੀ ਉਹਦੇ ਪਿੱਛੇ ਪਹਿਲਾਂ ਐਂ ਤੇ ਵੀ ਤੂੜੀ ਵਾਲੀ ਉਹਦੇ ਪਿੱਛੇ ਪਾ ਲਿਆਉਂਗੇ ਠੀਕ ਆ ਆਏ ਨਹੀਂ ਪਤਾ ਬਣਨਾ ਕਿੱਥੇ ਸੌਦਾ ਹੁਣ ਨਿਕਲਣਾ ਅੱਜ ਬਠਿੰਡੇ ਕਰੀ ਨੂੰ ਜਾਣਾ ਉਧਰ ਹੋਰ ਵੀ ਹੋ ਜਾਂਦਾ ਨਾ ਮਿਲ ਜਾਂਦੀਆਂ ਗੱਡੀਆਂ ਮਿਲ ਜਾਂਦੀਆਂ ਉੱਥੇ ਗੱਡੀਆਂ ਮਿਲ ਜਾਂਦੀਆਂ ਤਾਂ ਕਿਰਾਏ ਵਾਲੇ ਜੇ ਨਾ ਵੀ ਹੋਇਆ ਵੈਸੇ ਤੈਨੂੰ ਲੱਗਦਾ ਵੀ ਆਪਣਾ ਜਿਹੜਾ ਕੈਮਰਾਮੈਨ ਹੈ ਵੀ ਟਰੈਕਟਰ ਲੈ ਵੀ ਨਾ ਹਰਦੂਗਾ ਲੇਜ਼ਰ ਲੈਵਲ ਲੈਣ ਵਾਸਤੇ ਵੀ ਉਹ 200 ਕਿਲੋਮੀਟਰ ਗਏ ਆਪਣਾ ਸ਼ੌਂਕ ਵੀ ਹੁੰਦਾ ਯਾਰ ਆਪਣਾ ਫਿਰ ਆਪਾਂ ਉਹ ਬੰਦੇ ਖੁਸ਼ ਵੀ ਬਹੁਤ ਆ ਬਾਈ ਆਪਣਾ ਹੁਣ ਚੱਲਿਆ ਤੂੜੀ ਵਾਲੀ ਮਸ਼ੀਨ ਦੇਖਣ ਸੋ ਅੱਜ ਸਾਡਾ ਰੂਟ ਹੈ ਬੜਾ ਲੰਬਾ ਤੇ ਆਪਾਂ ਤੁਹਾਨੂੰ ਸਾਰਾ ਦਿਖਾਈ ਜਾਵਾਂਗੇ ਹਨਾ ਜਿੱਥੇ ਜਿੱਥੇ ਵੀ ਆਪਾਂ ਰੀਪਰ ਦੇਖਾਂਗੇ ਕਿਹੜਾ ਆਪਾਂ ਨੂੰ ਪਸੰਦ ਆਉਂਦਾ ਸੋ ਕਮੈਂਟ ਬੜੇ ਆਏ ਆ ਕੱਲ ਵਾਲੀ ਵੀਡੀਓ ਦੇ ਵਿੱਚ ਕੋਈ ਕਹਿੰਦਾ ਜੀ ਚੈਨੀ ਦਾ ਲੋ ਅਸਲ 'ਚ ਪਤਾ ਕੀ ਗੱਲ ਹੈ ਬੰਦਾ ਕਨਫਿਊਜ਼ ਹੋ ਜਾਂਦਾ ਜਦ ਦੋ ਬੰਦੇ ਦੀ ਸਲਾਹ ਹੋਵੇ ਫਿਰ ਗੱਲ ਹੋਰ ਹੋ ਜਾਂਦੀ ਹੈ ਹਨਾ ਜਦ ਤੀਏ ਬੰਦੇ ਨਾਲ ਕਹਿੰਦਾ ਪਰ ਕਹਿੰਦਾ ਵੀ ਯਾਰ ਉਹਨੇ ਲਈ ਉੱਥੇ ਆਏ ਕੰਪਲੀਟ ਹੈ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਆਪਣੇ ਆਪਣੇ ਸਿਸਟਮ ਹੈ ਵੈਸੇ ਜਿਹੜਾ ਚੰਨੀ ਦੇ ਮੈਂ ਤੈਨੂੰ ਇੱਕ ਗੱਲ ਦੱਸਦਾ ਜਿਹੜਾ ਚੰਨੀ ਦੇ ਵਿੱਚ ਸਿਸਟਮ ਹੈ ਜੇ ਉਹ ਸਿਸਟਮ ਪੂਰਾ ਐਨ ਕਵਰ ਮਤਲਬ ਪੂਰਾ ਸਕਸੈਸ ਹੋ ਜਾਂਦਾ ਤਾਂ ਸਾਰੀਆਂ ਫਰਮਾਂ ਨੇ ਚੇਂਜ ਕਰ ਦੇਣਾ ਤਾਂ ਉਹ ਠੀਕ ਹੈ ਹੁਣ ਬਾਕੀ ਸਾਰੀਆਂ ਕੰਪਨੀਆਂ ਜਿੰਨੇ ਦਾ ਵੀ ਇੱਕ ਡਿਜ਼ਾਈਨ ਹੈ ਸੇਮ ਡਿਜ਼ਾਈਨ ਹੈ ਕਿ ਨਹੀਂ ਉਹਦਾ ਇੱਕ ਅਲੱਗ ਡਿਜ਼ਾਈਨ ਸਵੇਰ ਸ਼ਾਮ 'ਚ ਮਾਰ ਪੈਣੀ ਆ ਆਪਣੇ ਤਾਂ ਤੈਨੂੰ ਪਤਾ ਚੱਲਣਾ ਹੀ ਜ਼ਿਆਦਾ ਆਪਣਾ ਓਵਰ ਟਾਈਮ ਵੀ ਲਾਉਣਾ ਸਾਜਰੇ ਵੀ ਚਲਾਉਣਾ ਪੈਂਦਾ ਚੱਲੀ ਜਾਂਦੇ ਸਰ ਆਪਣੇ 3 ਇੰਚ ਤਾਂ ਚਲੋ 3 ਇੰਚ ਤਾਂ ਟਰਾਲੀਆਂ ਹੀ ਨਹੀਂ ਮੁੜਨ ਦਿੰਦੀਆਂ ਦੀਆਂ 3 ਇੰਚ ਦਾ ਟਰਾਲੀਆਂ ਵੀ ਨਹੀਂ ਤੇ ਮੁੜਨ ਦਿੰਦੀਆਂ ਦਿਨ ਦੇ ਵਿੱਚ ਤਾਂ ਐਡਾ ਕੋਈ ਚਲੋ ਫੇਰ ਵੀ ਚੇਂਜ ਵੀ ਕਰਨਾ ਥੋੜਾ ਜ਼ਰੂਰੀ ਹੋ ਜਾਂਦਾ ਹਾਂ ਜ਼ਰੂਰੀ ਕੋ ਪਤਾ ਕੀ ਹੁਣ ਪੈਣੇ ਇੰਨੇ ਕਿਤੇ ਅੱਜ ਚਾਹੇ 5 ਸਾਲ ਪਹਿਲਾਂ ਵੇਚ ਲੈਂਦੇ ਚਾਹੇ ਹੁਣ ਵੀ ਵੇਚ ਲਈਏ ਹੁਣ ਚਲੋ ਟਰੈਕਟਰ ਬੜੇ ਲਏ ਆ ਆਪਾਂ ਕਹਿੰਦੇ ਵੀ ਹਾਂ ਵੀ ਹੁਣ ਰੀਪਰ ਵੀ ਬੜਾ ਲੈ ਜੀ ਜਾਂ 1.5 ਇੰਚ ਹੀ ਦੇਖਾਂਗੇ ਹੁਣ ਬੜਾ ਅੱਛਾ ਨੀਚੋ ਆਇਆ ਚਲ ਬਾਕੀ ਜਾਇਦਾ 10 ਸਾਲ ਦੀ ਗੱਲ ਬਣੂਗੀ ਜੇ ਠੀਕ ਲੱਗੀ ਆਪਾਂ ਨੂੰ ਇਸ ਵਾਰ ਉਹ ਤਾਂ ਆਪਾਂ ਨੇ ਅਗਲੇ ਸਾਲ ਆਪਣੀ ਤੂਈ ਵੀ ਚੇਂਜ ਕਰ ਦੇਣੀ ਆ ਠੀਕ ਆ ਇਕੱਠੀਆਂ ਨਹੀਂ ਕਰਨੀ ਚੇਂਜ ਕਿਉਂਕਿ ਉਹ ਤਾਂ ਆਪਾਂ ਨੂੰ ਪਤਾ ਹੀ ਵੀ ਉਹ ਤਾਂ ਆਪਣੇ ਠੀਕ ਚੱਲਣੀਆਂ ਲਾਣੀਆਂ ਤੇ ਆਪਾਂ ਮਸ਼ੀਨ ਬਹੁਤ ਵਧੀਆ ਹੈ ਹਾਂ ਹਾਂ ਉਹਦਾ ਖਾਲੀ ਜਿਹਾ ਦੇਖੀ ਮਸ਼ੀਨ ਦੀ ਖਟਾਈ ਬਹੁਤ ਆਈ ਖਟਾਈ ਵੀ ਵਧੀਆ ਇਹਨੂੰ ਤਾਂ ਚਾਹੇ ਇਹਦਾ ਨਾਮ ਵੀ ਵੇਚੇ ਤੁਸੀਂ ਇਹ ਤਾਂ ਰੱਖਣੀ ਆ ਚਾਚਾ ਇਹ ਤਾਂ ਇਹਦੇ ਪਿੱਛੇ ਚੱਲਦੀ ਆਪਣੇ ਇਹ ਨਹੀਂ ਵੇਚਣੀ ਇਹ ਮੇਰੇ ਕੋਲੇ ਹੁੰਦਾ ਇਹ ਤਾਂ ਅਸੀਂ ਚਲਾਇਆ ਹੁਣ ਤੱਕ ਮੈਂ ਹੀ ਚਲਾਇਆ ਇਹ ਮੈਂ ਫਿਰ ਉਹ ਦੂਏ ਪਰ ਸ਼ਿਫਟ ਹੋ ਗਿਆ ਤਾਂ ਇੱਥੇ ਆ ਤਾਂ ਕਰਕੇ ਚਾਚਾ ਜਿੱਥੇ ਲਾਣ ਵੀ ਨਹੀਂ ਨਾ ਹੁੰਦਾ ਉੱਥੇ ਵੀ ਤੂੜੀ ਕੱਢੀ ਜਾਂਦੀ ਆ ਉਹ ਪਤਾ ਨਹੀਂ ਕਿੱਥੇ ਤੇ ਕੱਢੀ ਉਹ ਵਿੱਚ ਨਾ ਉਸ ਮੰਗ ਰੱਖਦੀ ਆ ਹਾਂ ਤੇ ਚੱਲੀਏ ਫਿਰ ਗੋਗੀ ਚਲੋ ਤੇ ਇਧਰ ਸੁਖਪ੍ਰੀਤ ਸਿੰਘ ਵੀ ਨਾਲ ਆ ਸਾਡੇ ਸਤਿ ਸ਼੍ਰੀ ਅਕਾਲ ਜੀ ਸੋ ਇਹਨੇ ਵੀ ਅੱਜ ਨਾਲ ਜਾਣਾ ਠੀਕ ਹੈ ਆ ਜੀ ਅੱਜ ਫਿਰ ਕੁੰਡਾ ਕੰਡਾ ਲਾ ਦੀ ਇਧਰ ਰੋਡ ਬੜੇ ਸੋਹਣੇ ਆ ਨਾ ਇਧਰ ਸਾਫ ਸੁਥਰੇ ਭਵਾਨੀਗੜ੍ਹ ਕਿੰਨੇ ਕਰਿਆ ਗਿਆ 20 ਰਹਿ ਗਿਆ ਆਪਾਂ ਨੂੰ ਹਾਂ 20 ਕੋਈ ਹੋਈ ਨਹੀਂ ਭਾਈ ਸਾਰੇ ਠੀਕ ਕਰ ਲੈ ਕੱਟ
ਤੇ ਬਾਕੀ ਲਓ ਜੀ ਭਾਈ ਜੀਂਦ ਜ਼ਿਲ੍ਹੇ 'ਚ ਪਹੁੰਚੇ ਹਾਂ। ਸੋ ਘੁੰਮਿਆ ਬਹੁਤ ਜ਼ਿਆਦਾ, ਸਵੇਰ ਦੇ ਤੁਰੇ ਪਏ ਹਾਂ, 5-6 ਮਸ਼ੀਨਾਂ ਦੇਖ ਚੁੱਕੇ ਹਾਂ ਆਲਰੇਡੀ। ਅਤੇ ਹੁਣ ਜੀਂਦ ਹਰਿਆਣੇ 'ਚ ਆ ਕੇ ਸਾਡਾ ਸੌਦਾ ਬਣਨਾ ਹੁੰਦਾ, ਕਹਿ ਦਿੰਦੇ ਘੁੰਮ ਘੁੰਮਾ ਕੇ ਅਸੀਂ ਆਉਣਾ ਨਰਵਾਣੇ ਕੋਲ ਹੁੰਦਾ, ਲੇਜ਼ਰ ਕਰਾ ਵੀ ਇੱਥੋਂ ਲੈ ਗਿਆ ਤਾਂ। ਅਤੇ ਹੁਣ ਇੱਥੋਂ ਆਪਾਂ ਨੇ ਜਗਤਜੀਤ ਦਾ ਜਿਹੜਾ ਰੀਪਰ ਆ ਜਿਹੜਾ ਉਹਦੀ ਡੀਲ ਹੋ ਗਈ, ਅਤੇ ਬਾਕੀ ਇੱਧਰ ਡੈਡੀ ਹੋਣੀ ਆਪਣਾ ਸਾਈਬਰ ਹੀ ਚੱਲ ਰਹੀ ਹੈ। ਹੋ ਗਈਆਂ ਵਧਾਈਆਂ। ਹਾਂ ਜੀ, ਹਾਂ ਵਧਾਈਆਂ। ਆਪਾਂ ਫਿਰ ਇੱਕ ਬੰਦੇ ਦਾ ਦੇ ਜਾਂਦੇ ਅੱਜ, ਠੀਕ ਹੈ ਵੀਰ? ਬਾਕੀ ਦਾ ਆਪਣਾ ਆਏਗਾ ਕਿ ਸਭ ਦਾ ਸਿਸਟਮ ਮਿਲੇਗਾ ਇੱਥੇ। ਅਤੇ ਬਾਕੀ ਇੱਧਰ ਨਾ ਖੇਤਾਂ 'ਚ ਰਿਹਾਇਸ਼ ਹੈ ਵੀਰ ਦੀ, ਸੋਲਰ ਪਲਾਂਟ ਲੱਗੇ ਹੋਏ ਆ, ਬੜਾ ਸੋਹਣਾ ਲੱਗਿਆ ਸਿਸਟਮ ਹੈ ਇਹਨਾਂ ਦਾ। ਮੋਟਰ ਦਿਖਾਉਂਦੇ ਤੁਹਾਨੂੰ, ਚੱਲਦੀ ਪਿੱਛੇ 2.5 ਇੰਚੀ ਨਾਲ ਆ, ਮੈਂ ਕਹਿੰਦਾ ਫਰਾਟਾ ਮਾਰਤੀ ਪੂਰਾ। 3 ਪ੍ਰੋਜੈਕਟ ਲੱਗੇ ਹੋਏ, ਸਬਸਿਡੀ ਲੈ ਕੇ ਕਹਿੰਦਾ 1.25 ਲੱਖ ਰੁਪਈਆ ਸਾਰਾ ਖਰਚਾ ਆਇਆ, 1.25 ਲੱਖ। ਇੱਕ ਹੋਰ ਕੋਈ ਬੈਟਰੀ ਦਾ ਖਰਚਾ ਨਾ, ਕੋਈ ਬੈਟਰੀ ਦਾ ਖਰਚਾ। ਸੋ ਸਾਰਾ ਦਿਖਾਉਂਦੇ ਵੀਰ ਨੂੰ ਨਾਲ ਲੈਂਦੇ ਆਪਾਂ। ਇੱਕ ਤਾਂ ਥੋੜ੍ਹਾ ਜਿਹਾ ਲੈਂਗੁਏਜ 'ਚ ਫਰਕ ਪੈ ਜਾਂਦਾ ਨਾ, ਕੌਣ ਹੋਦਾ ਉਹਦੇ ਕਰਕੇ ਪਤਾ ਨਹੀਂ ਲੱਗਦਾ। ਅਤੇ ਅੱਜ ਨਾਲ ਦੀ ਨਾਲ ਦਿਖਾਉਂਦੇ ਆਪਾਂ, ਖੁੱਲ੍ਹਾ ਡੁੱਲਾ ਜਿਹਾ ਏਰੀਆ ਬਾਈ, ਰਹਿੰਦੇ ਬਹੁਤ ਵਧੀਆ ਇੱਧਰ ਨੂੰ। ਉਹ ਹੈ ਆਪਣਾ ਪਿੰਡ ਕਿਹੜਾ ਇਹ? ਕਲਵਾਣ, ਪਤਾ ਨਹੀਂ ਕਲਵਾਣ ਕੁਛ। ਬਹੁਤ ਬੜਾ ਪਿੰਡ ਹੈ ਬਾਈ, 7-8 ਹਜ਼ਾਰ ਵੋਟ ਕਹਿ ਰਿਹਾ ਪਿੰਡ 'ਚ। ਮਾਂ ਸਾਡੇ ਤਾਂ ਕੁੱਲ ਮਿਲਾ ਕੇ ਬਲਾਕ ਦੀ ਹੁੰਦੀ ਹੈ, 550 ਵੋਟ ਪਿੰਡ ਦੀ ਹੈ। ਸੋ ਪਿੰਡ ਬਹੁਤ ਵੱਡੇ ਆ, ਡੁੱਲਾ ਡੁੱਲਾ ਏਰੀਆ ਨਰਵਾਣੇ ਤੋਂ। ਦੇਖੀ ਮੈਂ ਇਸ ਮਾਰੇ ਆਹ ਚੱਲਦੀ ਆ ਬਾਈ ਮੋਟਰ, ਆਹ ਸੋਲਰ ਵਾਲੀ। ਪਾਣੀ ਚੈੱਕ ਕਰੋ ਤੁਸੀਂ। ਇੱਕ ਹੋਰ ਬਾਈ ਇੱਧਰ ਨਜ਼ਾਰਾ ਪੂਰਾ ਡੰਗਰਾਂ ਨੂੰ, ਆ ਦੇਖੋ ਨਹਾ ਰਹੀਆਂ ਵਿੱਚ, ਫਿਰਦੀਆਂ ਮੇਲਦੀਆਂ, ਤਾਊ ਨੇ ਬਾੜਤੀਆਂ ਵਿੱਚ। ਅੱਛਾ ਜੀ, ਇਹ ਕਿੰਨਾ ਟਾਈਮ ਰੱਖਣੀ ਆ? ਬਸ ਸ਼ਾਮ ਤੱਕ ਰਹਿਣਗੇ ਆਉਂਦੀ ਹੈ, ਸ਼ਾਮ ਨੂੰ ਲੱਗੇ 5:30 ਬਸ ਵਜੇ ਚੌਣੀ ਆ ਜਦੇ ਬਾਹਰ। ਅੱਛਾ ਜੀ, ਸੋਲਰ ਤੋਂ ਅਭੀ ਲਗਾਇਆ ਵੀਰ ਬੋਲ ਰਿਹਾ, ਕਹਿੰਦਾ ਹੁਣੇ ਲਾਇਆ ਸੋਲਰ। ਅੱਜ ਰੀਪਰ ਅੱਜ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਉਹ ਪਿੰਡ 'ਚ ਖੜਾ। ਪਿੰਡ ਕਿਹੜਾ? ਕਾਲਵਾਨ ਪਿੰਡ ਆ ਬਾਈ ਦਾ। ਕਾਲਵਾਨ ਸੋ ਫਿਰ ਕਿਵੇਂ ਬਣਿਆ ਸੌਦਾ? ਸੌਦਾ ਹੋ ਗਿਆ ਜੀ ਆਪਣਾ, ਸੌਦਾ ਬੜਾ ਜਿੱਦਮ ਜਿੱਦੀ ਹੋਇਆ ਕੰਮ। 2-15 ਦਾ, 2-15 ਦਾ ਬਾਈ, ਫਿਰ 16 ਬਣ ਗਿਆ ਤਾਂ ਕੇ ਬਾਈ 16 ਫਿਰ ਮਨਾਇਆ ਵੀ ਹੁਣ ਤੋਂ ਕਿਤੇ ਨਹੀਂ ਯਾਰ ਛੱਡ। ਸਾਫ ਕੰਡੀਸ਼ਨ 'ਚ ਆ ਬਹੁਤ, ਅੱਜ ਸਵੇਰ ਦੇ 6-7 ਰੀਪਰ ਦੇਖੇ ਆ ਉਹਨਾਂ ਨਾਲ, ਤੇ ਸਭ ਤੋਂ ਜਣੀ ਸਾਨੂੰ ਬੈਸਟ ਲੱਗਿਆ ਇਹ। ਵਧੀਆ, ਚਲੋ ਅਸੀਂ ਬਾਈ ਮਾਡਲ ਵੀ ਦੇਖੇ ਆ, ਬਾਈਆਂ ਨਾਲ ਤੇ ਵੀ ਕੰਡੀਸ਼ਨ ਬੜੀ ਸਾਫ ਸੁਥਰੀ ਆ ਵੀ, ਘੱਟ ਚੱਲਿਆ ਵਾ। ਆਪਾਂ ਨੇ ਲਿਆ ਇਹ ਰੀਪਰ ਮਾਡਲ ਹੈ, ਪਹਿਲਾਂ ਚੋਪਰ ਵੀ ਬਹੁਤ ਦੇਖੇ ਆ, ਅਸਲ 'ਚ ਬਹੁਤ ਭੱਜੇ ਆ। ਕਟਰ ਇਹਦਾ ਕਿੰਨਾ? 7.5 ਫੁੱਟ ਕਟਰ ਵਾਲਾ, ਕਿਉਂਕਿ ਚੋਪਰ 'ਚ ਆਪਾਂ ਨੂੰ ਚੋਇਸ ਮਿਲ ਜਾਂਦੀ ਆ ਵੀ ਇੱਕ ਛੋਟਾ ਕਟਰ ਵੀ ਮਿਲਦਾ, ਵੱਡਾ ਵੀ ਮਿਲਦਾ, 7.5-7.5 ਵੀ ਮਿਲਦਾ। ਬੜਾ ਅਲਜੇਵਾ ਪਿਆ, ਨਾ ਤਾਂ ਕੰਪਨੀ ਵਾਲੇ ਕੋਈ ਸਪੋਰਟ ਕਰਦੇ ਆ, ਨਾ ਉਹਨਾਂ ਨੇ ਉੱਥੇ ਵੀ ਬਥੇਰੀ ਇਨਕੁਆਰੀਆਂ ਪਾਤੀਆਂ, ਉਹਨਾਂ ਦਾ ਨਹੀਂ ਕੋਈ ਫੋਨ ਫੂਨ ਆਇਆ। ਤਾਂ ਸੰਗਰੂਰ ਸਾਨੂੰ ਦੂਰ ਪੈਂਦਾ ਥੋੜ੍ਹਾ ਜਿਹਾ, ਅੱਜ ਸੰਗਰੂਰ ਨੂੰ ਹੁੰਦੇ ਹੋਏ ਭਵਾਨੀਗੜ੍ਹ, ਮੈਂ ਭਵਾਨੀਗੜ੍ਹ 'ਤੇ ਬਹੁਤ ਲੰਬਾ ਗੇੜ ਕੱਢਿਆ ਅੱਜ, ਮਨਸੂਰ ਨੂੰ ਪਤਾ ਨੀ ਬਾਈ ਕਿਹੜੇ ਕਿਹੜੇ, ਬਾਕੀ ਟੋਹਾਣੇ ਨੂੰ ਹੁੰਦੇ ਹੋਏ ਇਹ ਮਤਲਬ ਜੀਂਦ ਜ਼ਿਲ੍ਹਾ ਆ ਗਿਆ ਹੈ ਨਾ ਜੀ। ਜੀਂਦ ਫਿਰ ਨਰਵਾਣਾ ਇੱਥੋਂ ਕਿੰਨਾ ਕੁ ਪੈ ਜਾਂਦਾ? 20-22 ਕਿਲੋਮੀਟਰ। ਬਾਕੀ ਨਰਵਾਣੇ ਨੂੰ ਹੁੰਦੇ ਗੜਗੜ ਚੱਲੂ, ਹੁਣ ਹੋਕਾ ਚੱਲੂ, ਹੁਣ ਹੋਕਾ ਚੱਲਣਾ ਪੂਰਾ ਇਹਨਾਂ ਦਾ ਬਾਈ, ਖੁੱਲੇ ਆਮ ਕੰਮ ਆ ਆਪਣੇ ਤਾਂ। ਬੜਾ ਮਾੜਾ ਜਿਹਾ ਕੋਈ ਲਾ ਦੇਵੇ ਪਿੱਟ ਸਿਆਪੇ ਵਾਲਾ ਕੰਮ ਹੋ ਜਾਂਦਾ, ਏਰੀਆ ਵਧੀਆ ਦੇਖ ਨਜ਼ਾਰੇ ਵਾਲਾ। ਕੋਈ ਘਰ 'ਚ ਕੋਈ ਕਹਿੰਦਾ ਨੀ ਵੀ ਹੁੱਕਾ ਹਾਕਾ ਪੀਣ ਤੇ ਵੀ? ਹਾਂ, ਕੋਈ ਨੀ ਕਹਿੰਦਾ ਵੀ ਪੂਰਾ ਨਜ਼ਾਰੇ ਲਓ, ਸਾਡੇ ਤਾਂ ਬਾਈ ਪਿੱਟ ਸਿਆਪਾ ਪੈ ਜਾਂਦਾ ਬਹੁਤ। ਕੀ ਬੜਾ ਸੋਹਣਾ ਖੁੱਲਣ ਡੁੱਲਾ ਏਰੀਆ ਹੈ ਨਾ ਤੁਹਾਡਾ, ਬਾਕੀ ਇਹਦੇ ਹੁਣ ਕੁਛ ਨੀ ਕੰਮ, ਬਲੇਡ ਬਲੂਡ ਪੈਣੇ ਵਾਲੇ, ਫਿੰਗਰਾਂ ਚੇਂਜ ਹੋਣਗੀਆਂ, ਬਾਕੀ A-Z ਸਾਰਾ ਕੰਪਲੀਟ ਹੈ। ਕੁਲਦੀਪ ਨੇ ਵੀ ਬਣਾਉਣਾ, ਉਹ ਵੀ ਕਹਿੰਦਾ ਜਾਲ ਪੈ ਜੂਗਾ ਇਹਦੇ 'ਚ, ਹਰਿਆਣੇ ਵਾਲਾ ਜਾਲ ਹੈ।
ਸੋ ਆਪਾਂ ਹੁਣ ਇਹਦੇ ਚ ਦੂਆ ਪੰਜਾਬ ਵਾਲਾ ਸਰੀਏ ਗਿਣ ਲਾਂਗੇ ਜਿੰਨੇ ਕਿੰਨੇ ਸਰੀਆਂ ਵਾਲਾ ਆਪਾਂ ਉਹਨਾਂ ਨਾਲ ਗੱਲ ਕਰਕੇ ਆਪਾਂ ਜਿੰਨੇ ਵਾਲਾ ਆਪਣੇ ਚੱਲਦਾ ਹੋਇਆ ਵੀ ਜਾਣਾ ਦਾ ਫਰਕ ਹੈ ਹੁਣ ਆਪਾਂ ਨੂੰ ਬਾਰਨ ਵਾਲੇ ਦਾ ਪਤਾ ਤਾਂ ਜ਼ਿਮੀਂਦਾਰਾਂ ਦੇ ਵੀ ਕੀ ਚ ਕਿੰਨਾ ਪੈਂਦਾ ਕਿੰਨਾ ਨਹੀਂ ਹੈ ਨਾ ਸੋ ਜਿਹੜਾ ਆਪਾਂ ਨੂੰ ਠੀਕ ਲੱਗੂਗਾ ਹਲੇ ਟਾਈਮ ਪਿਆ ਆਪਣੇ ਕੋਲ ਬਹੁਤ ਟਾਈਮ ਹੈ ਜਾਲ ਤਾਂ ਗਾਂ ਜਾ ਕੇ ਨੇੜੇ ਜਾ ਕੇ ਬਣਵਾ ਲਾਂਗੇ ਜਿਹੇ ਜਾਲ ਤਾਂ ਫਿਰ ਆਪਣੇ ਕੋਲ ਹੈਗੇ ਆ ਮੁੰਡੇ ਐਗਰੋ ਗਰੁੱਪ ਨਾ ਤਾਂ ਫਿਰ ਮੈਂ ਵੀ ਕਰ ਦੂੰਗਾ ਬੈਡਿੰਗ ਤੇ ਬਾਕੀ ਰੀਪਰ ਬਣਾ ਥੋੜਾ ਥੋੜਾ ਜਿਹਾ ਫਰਕ ਆ ਦੇਖ ਤੁਹਾਡੇ ਫਰਮੇ ਚ ਫਰਕ ਆ ਚੈਨੀ ਦਾ ਵੀ ਦੇਖਿਆ ਜੀ ਕੇਐਸ ਦੇ ਵੀ ਦੇਖਿਆ ਸੋ ਥੋੜਾ ਬੋਤਾ ਇਹ ਸਾਨੂੰ ਕੁਆਲਿਟੀ ਚ ਠੀਕ ਲੱਗਿਆ ਬਾਕੀ ਆਪਣੀ ਵੀ ਵਧੀਆ ਤਾਂ ਨਹੀਂ ਇਹ ਵੀ ਕੇਐਸ ਵੀ ਮਾੜਾ ਜਾਂ ਚੈਨੀ ਮਾੜਾ ਸੋ ਚੈਨੀ ਦੇ ਵੀ ਕੁਝ ਕੁ ਮਾਡਲ ਆ ਜਿਹੜੇ ਉਹਨਾਂ ਚ ਮਾੜੀ ਮੋਟੀ ਕਿਉਂ ਜਿਹਨੇ ਵਰਤੇ ਹੋਏ ਆ ਸੋ ਉਹਨਾਂ ਨੇ ਪ੍ਰੋਬਲਮ ਕਰਕੇ ਸਾਡਾ ਮਾਂਜਾ ਡੋਲ ਗਿਆ ਤੇ ਇਹ ਸਾਨੂੰ ਠੀਕ ਲੱਗਿਆ ਬਾਕੀ ਤੁਹਾਨੂੰ ਹੁਣ ਪਰਸੋਂ ਨੂੰ ਦਿਖਾਵਾਂਗੇ ਆਪਾਂ ਪਰਸੋਂ ਚੌਥੇ ਤੱਕ ਰੀਪਰ ਲੈ ਕੇ ਆਜੂਗਾ ਹਲੇ ਕਿਉਂ ਪਿੰਡ ਚ ਖੜਾ ਹੈ ਉੱਥੇ ਮੈਂ ਵੀਡੀਓ ਬਣਾ ਕੇ ਨਹੀਂ ਸੀ ਲਿਆ ਬੈਟਰੀ ਚਾਹੀਦੀ ਸਬਸਿਡੀ ਕੱਟ ਕੇ ਹੀ ਆ ਨਾ 50% ਹੈ ਵੀ 60 ਹੈ ਫਿਰ ਲੱਖ ਸਵਾ ਲੱਖ ਦਾ ਫਿਰ ਵੀ ਕੋਈ ਜ਼ਿਆਦਾ ਨਹੀਂ ਇਹ ਸਵਾ ਲੱਖ ਲਾ ਲੈ 15 ਲੱਗੇ ਆਪਣੇ 15 ਲੱਗੇ ਹਾਂ ਉਹ ਤੇ 3.5-4 ਲੱਖ ਰੁਪਏ ਫਿਰ ਇਹਦੀ ਪੈਨਲ ਦੀ ਗਾਰੰਟੀ ਵੀ ਹੋਣੀ 15-20 ਸਾਲ ਦੀ ਹੈ ਨਾ ਨਾ 15-20-5 ਸਾਲ ਦੀ ਅੱਛਾ 5 ਸਾਲ ਪੈਨਲ ਦੀ ਇੱਕ ਪੈਨਲ ਦੀ ਹੈ ਨਾ ਬੜੇ ਪੈਨਲ ਹੈ 8 ਪੈਨਲ ਇੱਕ ਚ ਹੈ ਅੱਛਾ ਉੱਪਰਲੇ ਚ 10 ਹੈ 28 ਅੱਛਾ ਉਹ ਉੱਪਰਲੇ ਚ ਬੜੇ ਚ 10 ਹੈ ਬੜਾ ਵਧੀਆ ਜਿਵੇਂ ਖੇਤਾਂ 'ਚ ਆਪਣਾ ਹੁਣ ਮੋਟਰ ਹਰ ਟਾਈਮ ਚੱਲਦੀ ਰਹਿੰਦੀ ਹੈ ਸਿਆਲ 'ਚ ਤਾਂ ਚੱਲ ਨਹੀਂ ਕੁਛ ਨਹੀਂ ਚਲੀਏ ਚਲੋ ਚੱਲੀਏ ਠੀਕ ਹੈ ਵੀਰ ਆਇਓ ਕਦੇ ਉੱਧਰ ਨੂੰ ਕੋਈ ਨਹੀਂ ਆਵਾਂਗੇ ਜ਼ਰੂਰ ਪੂਰਾ ਆਪਾਂ ਦੇਖ ਲੋ ਕਿੰਨੇ 100 ਕਿਲੋਮੀਟਰ ਚ ਬਹੁਤ ਟਾਈਮ ਬਾਅਦ ਇੰਨਾ ਲੰਬਾ ਚੱਲ ਕੇ ਆਏ ਹਾਂ ਵੈਸੇ ਇੱਕ ਦਿੱਲੀ ਦੁੱਲੀ ਜਾਂਦੇ ਵਾਲਿਆਂ ਨੂੰ ਤਾਂ ਕੁਛ ਵੀ ਨਹੀਂ ਲੱਗਣਾ ਇਹ ਵੀ ਆ ਜਿਹੜੇ ਲੰਬੇ ਰੂਟਾਂ ਤੇ ਰਹਿੰਦੇ ਆ ਸੋ ਬਾਕੀ ਮਾਫੀ ਚਾਹੁੰਦੇ ਜੀ ਅੱਜ ਆਪਾਂ ਜਿਹੜੇ ਰੀਪਰ ਦੀ ਉਹ ਫੀਚਰ ਫੋਟੋ ਆਪਾਂ ਐਡ ਅਪ ਨਹੀਂ ਕਰ ਸਕੇ ਸੋ ਆਪਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਸੋ ਮੈਂ ਵੀ ਅਸੀਂ ਨੇ ਵੀ ਇਹੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਕਿਸੇ ਜ਼ਿਮੀਂਦਾਰ ਕੋਲੋਂ ਇਹ ਸਿੱਧੀ ਡਾਇਰੈਕਟ ਚੀਜ਼ ਲਈਏ ਅਤੇ ਬੜੇ ਜ਼ਰੀਏ ਬਣੇ ਹੋਏ ਆ ਹੈ ਨਾ ਵੀ ਆਪਾਂ ਜਿੱਦਾਂ ਸੋਸ਼ਲ ਨੈੱਟਵਰਕ ਤੋਂ ਆਪਾਂ ਜਿਹੜੀ ਸਿੱਧੀ ਖਰੀਦਦਾਰੀ ਕਰ ਸਕਦੇ ਹਾਂ ਡੀਲਰਾਂ ਤੋਂ ਬਚੀਏ ਵਿੱਚ ਵਾਲਾ ਜਿਹੜਾ ਗੈਪ ਹੈ ਉਹ ਗੈਪ ਨਾਲ ਆਪਣੀ ਸੇਵਿੰਗ ਹੋ ਜਾਂਦੀ ਹੈ ਬਿਲਕੁਲ ਕਿ ਨਹੀਂ ਜੀ ਜਿਵੇਂ ਹੁਣ ਮੰਨ ਲਓ ਅਸੀਂ ਇੱਧਰ ਰੀਪਰ ਦੇਖੇ ਤੇ ਡੀਲਰਾਂ ਕੋਲ ਖੜ੍ਹੇ ਦੇਖੇ ਤੇ ਸੋ 21 ਮਾਡਲ 20 ਮਾਡਲਾਂ ਦਾ ਵੀ 2.5 ਲੱਖ ਰੁਪਇਆ ਕੋਈ 2.40 ਕੋਈ 2.55 ਇੰਨੇ ਤੱਕ ਲਾਸਟ ਮੰਗ ਰਹੇ ਤੇ ਅਤੇ ਬਾਕੀ ਫਿਲਹਾਲ ਆਪਣਾ ਜਿਹੜਾ 21 ਮਾਡਲ ਹੈ ਉਹਦੇ 2 ਸੀਜ਼ਨ ਲੱਗੇ ਹੋਏ ਜੀ ਬੜਾ ਸੋਹਣਾ ਸਾਫ਼ ਸੁਥਰਾ ਇੱਥੋਂ ਬਹੁਤ ਲੋਕਲ ਚੱਲਿਆ ਹੋਇਆ ਕਿਉਂ ਕੰਡੀਸ਼ਨ ਤੋਂ ਪਤਾ ਲੱਗ ਜਾਂਦਾ ਔਗਰ ਤੋਂ ਥਰੈਸਰ ਤੋਂ ਵਿੱਚ ਕੀ ਕੰਡੀਸ਼ਨ ਹੈ ਕੀ ਨਹੀਂ ਅਤੇ ਆਪਣਾ 2,15,000 ਦਾ ਜਿਹੜਾ ਉਹ ਸੌਦਾ ਹੋਇਆ ਜੀ ਡੀਲ ਹੋਈ ਹੈ ਅਤੇ ਕੱਲ੍ਹ ਨੂੰ ਸਵੇਰੇ ਸੱਜਰੇ ਨਿਕਲ ਜਾਣਾ ਕੋਸ਼ਿਸ਼ ਤੀ ਪਹਿਲਾਂ ਵੀ 2 ਕੁ ਦਿਨ ਅਟਕ ਕੇ ਲਈਏ ਪਰ ਕੰਮ ਕਰ ਜਾਂਦੇ ਹਾਂ ਕਿਉਂ ਫਸਲ ਦੀ ਮੁੜ ਕੇ ਵਢਾਈ ਵੀ ਸ਼ੁਰੂ ਹੋ ਜਾਣੀ ਹੈ 2-3 ਕੁ ਦਿਨਾਂ 'ਤੇ ਅਸੀਂ ਡੀਜ਼ਲ ਲਿਆਉਣਾ ਚੱਕ ਕੇ ਸੋ ਝਮੇਲੇ ਆਉਂਦੇ ਹਾਂ ਹੁਣ ਥੱਕ ਗਿਆ ਅੱਜ ਸਵੇਰ ਦੇ ਗੱਡੀ 'ਚ ਕਿਉਂ ਟ੍ਰੈਫਿਕ ਬਹੁਤ ਜ਼ਿਆਦਾ ਸੋ ਆਰਾਮ ਨਾਲ ਆਏ ਹਾਂ 70-80 ਦੀ ਸਪੀਡ 'ਤੇ ਆਪਣਾ ਆਰਾਮ ਨਾਲ ਵਧੀਆ ਸਫ਼ਰ ਕੱਢ ਲਿਆ ਅੱਜ ਦਾ ਅਤੇ ਬਾਕੀ 2-3 ਆਪਾਂ ਜਿੰਨੇ ਵੀ ਆ ਜਾਣੀ ਘੁੰਮ ਫਿਰ ਕੇ ਕਰਦੇ ਹਾਂ ਆਪਾਂ ਇੱਦਾਂ ਨਹੀਂ ਆ ਵੀ ਕਿਸੇ ਡੀਲਰ 'ਤੇ ਡਿਪੈਂਡ ਹੋ ਜਾਂਦੇ ਹਾਂ ਖੜ੍ਹੇ ਤਾਂ ਲੋਕਲ ਮੇਰੇ ਕੋਲ ਵੀ ਸਾਡੇ ਸਰਹੰਦ ਏਰੀਏ 'ਚ ਕਾਫੀ ਖੜ੍ਹੇ ਤੇ ਪਰ ਡਿਮਾਂਡ ਇਹ ਬਹੁਤ ਜ਼ਿਆਦਾ ਤੀ ਡੀਲਰ ਕੋਲ ਖੜ੍ਹੇ ਸੀ ਇੱਦਾਂ ਨੋਰਮਲ ਕੋਈ ਇਹ ਟਾਈਮ ਦੇ ਵਿੱਚ ਵੇਚਦਾ ਨਹੀਂ ਹੁੰਦਾ ਅਤੇ ਇਹੀ ਰੀਪਰ ਜੇ ਮਤਲਬ ਮੈਂ ਫਰਵਰੀ 'ਤੇ ਲੱਭਣਾ ਸ਼ੁਰੂ ਕਰਦਾ ਤਾਂ ਮੈਨੂੰ ਘੱਟੋ ਘੱਟ ਇਹ ਹੋ ਸਕਦਾ ਤਾਂ 20-30 ਹਜ਼ਾਰ ਰੁਪਇਆ ਹੋਰ ਮੈਨੂੰ ਮਹਿੰਗਾ ਮਿਲਦਾ ਕਿਉਂਕਿ ਉਹ ਟਾਈਮ ਸੀਜ਼ਨ ਦਾ ਟਾਈਮ ਉਹਨਾਂ ਦਾ ਸੋ ਫਿਲਹਾਲ ਹਲੇ ਘੱਟ ਪਈਆਂ ਸੀ ਪੋਸਟਾਂ ਆਪਾਂ ਨੇ ਸਰਚ ਕਰਕੇ ਉਹਨਾਂ 'ਤੇ ਬਾਕੀ ਫੋਨ ਵੀ ਆਇਆ ਮੈਨੂੰ ਕੱਲ੍ਹ ਵਾਲੀ ਵੀਡੀਓ ਦੇਖ ਕੇ ਬਾਈਆਂ ਦੇ ਵੀ ਬਾਈ ਜੀ ਕੇਐਸ ਖੜ੍ਹਾ ਜਾਂ ਕੁਛ ਖੜ੍ਹਾ ਸੋ ਆਪਣੀ ਚੋਇਸ ਤੀ ਬਹੁਤ ਟਾਈਮ ਤੋਂ ਹੈ ਨਾ ਸਾਡੇ ਏਰੀਏ 'ਚ ਇੱਧਰ ਹੈਗਾ ਵੈਸੇ ਹੁਣ ਦੇਖਣ ਨੂੰ ਮਿਲੀ ਜਾਣਗੇ ਤੁਹਾਨੂੰ ਪਿੰਡ 'ਚ ਸਾਡੇ 2 ਹੋ ਚੱਲੇ ਇਹ ਜਗਤ ਜੀਤ ਦੇ ਨਹੀਂ ਆਲੇ ਦੁਆਲੇ ਏਰੀਏ ਦੇ ਵਿੱਚ ਸਾਡੇ ਇਹ ਰੀਪਰ ਨਹੀਂ ਹੈਗਾ
ਸਾਡੇ ਜ਼ਿਆਦਾਤਰ ਵਿਸ਼ਕਰਮਾ ਦਿੜਬਾ ਵਾਲੇ ਜਾਂ ਸਾਡੇ ਕੋਲ ਜ਼ਿਮੀਦਾਰਾਂ ਦੇ ਤੇ ਇੱਧਰ ਉਹ ਵਾਲੇ ਰੀਪਰ ਨੇ ਸੋ ਏਰੀਆ ਏਰੀਆ ਦਾ ਫਰਕ ਹੁੰਦਾ ਉੱਧਰ ਸਾਨੂੰ ਇਹੀ ਮਿਲਦਾ ਸੀ ਜ਼ਿਆਦਾ ਜਾਂ ਉੱਧਰ ਉਹਦੇ 'ਤੇ ਕੇ ਐੱਸ ਦੇ 'ਤੇ ਜਾਂ ਆਪਣਾ ਜਗਤ ਜੀਤਾ ਚੈਨੀ ਦਾ ਇੱਕ ਅੱਧਾ ਚੈਨੀ ਬਾਰੇ ਤਾਂ ਕਈਆਂ ਨੂੰ ਪਤਾ ਵੀ ਨਹੀਂ ਕਹਿੰਦੇ ਵੀ ਰੀਪਰ ਵੀਰਾਂ ਦਾ ਮਾਂ ਕਮਾਲ ਦੀ ਗਲਤੀ ਅਤੇ ਬਾਕੀ ਕੱਲ੍ਹ ਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਰੀਪਰ ਬਾਰੇ ਆਪਾਂ ਹੈ ਨਾ ਤੁਹਾਨੂੰ ਕੁਛ ਕੁ ਜਾਣਕਾਰੀ ਦੇ ਦਾਂਗੇ ਕੀ ਵੱਖਰਾ ਆਪਾਂ ਦੂਈ ਮਸ਼ੀਨ ਦੇ ਕੋਲ ਖੜਾ ਕੇ ਆਪਣੇ ਜ਼ਿਮੀਦਾਰਾਂ ਦੇ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਵੀਡੀਓ ਦੇਖਣ ਵਾਸਤੇ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਅਤੇ ਆਪਾਂ ਅੱਗੇ ਹੁਣ ਕੰਟੀਨਿਊਲੀ ਵਲੋਗ ਆਪਾਂ ਸਟਾਰਟ ਕਰ ਦਿੰਦੇ ਹਾਂ ਸੋ ਕੰਬਾਈਨਾਂ ਦਾ ਵੀ ਹੁਣ ਸੀਜ਼ਨ ਸ਼ੁਰੂ ਹੋਣੇ ਵਾਲਾ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਕਿਹੜੇ ਬੀਜ ਦਾ ਕਿਵੇਂ ਰਿਜ਼ਲਟ ਰਿਹਾ ਹੈ ਨਾ ਅਤੇ ਜ਼ਰੂਰ ਜਿਹੜੇ ਚੈਨਲ ਨੂੰ ਨਵੀਂ ਆਏ ਨੇ ਉਹ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ।